ਨਹੀਂ ਐਗਰੀਮੈਂਟ ਦੇ ਨਹੀਂ, ਜਿੱਦੇ ਲੜ ਪਏ ਉਹਦੇ ਕਰ ਵੀ ਦਿਓ ਸਟਾਰ, ਮੈਂ ਪਹਿਲਾਂ ਹੀ ਧਮਕੀ ਦਿੱਤੀ ਹੋਈ ਹੈ। ਪਹਿਲਾਂ ਕਹਿ ਦੇਣ ਵੀ ਲੜਨਾ ਨਹੀਂ ਮੇਰੇ ਨਾਲ। ਅੱਛਾ, ਹੁਣ ਟ੍ਰੈਂਡ ਚੱਲ ਪਿਆ ਵਾ। ਅੱਜ ਕੱਲ੍ਹ ਸੁਰ ਹੈ ਕਿਹਦੇ ਕੋਲ? ਜਿਹਦੇ ਕੋਲ ਸੋਹਰਾ ਉਹਦੇ ਕੋਲ ਬਾਜਾ ਹੈ ਨੀ, ਜਿਹਦੇ ਕੋਲ ਬਾਜਾ ਉਹਦੇ ਕੋਲ ਸੁਰ ਹੈ ਨੀ। ਜ਼ਮਾਨਾ ਤਾਂ ਬਹੁ ਗਿਆ। ਤੁਹਾਡੇ ਤੇ ਵੀ ਕਦੇ ਇਸ ਚੀਜ਼ ਦਾ ਪ੍ਰੈਸ਼ਰ ਰਿਹਾ ਵੀ ਜਿਵੇਂ ਕਲਾਕਾਰ ਗਾਇਕੀ 'ਚ ਆਉਣ ਤੋਂ ਬਾਅਦ ਦੂਜਾ ਵਿਆਹ ਕਰਾ ਲੈਂਦੇ ਆ? ਕਲਾਕਾਰ ਰੱਖਣ ਨੂੰ ਤਾਂ ਤਿੰਨ ਤਿੰਨ ਰੱਖੀ ਫਿਰਦੇ ਆ, ਠੀਕ ਨੀ ਗੱਲ? ਤਿੰਨ ਤਿੰਨ ਵੀ ਰੱਖੀਆਂ ਹੋਈਆਂ ਕਈਆਂ ਦੀਆਂ। ਇਹ 'ਚ ਵੀ ਇੱਕ ਮਾੜੀ ਆਦਤ ਆ, ਇਹਦੇ ਕੋਲੇ ਫੋਨ ਹੋਣ ਦੇ ਬਾਵਜੂਦ ਵੀ ਇਹ ਸੰਦੀਪ ਵੀਰੇ ਫੋਨ ਨਹੀਂ ਚੱਕਦੀ ਇਹ। ਅੱਛਾ, ਤੇ ਜਦੋਂ ਕਿਤੇ ਲੋੜ ਪੈਂਦੀ ਆ ਨਾ, ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਨੰਬਰ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਲੱਗਦਾ। ਤੁਹਾਡੇ ਮਨ ਦੇ ਵਿੱਚ ਵੀ ਆਇਆ ਵੀ ਫਿਰ ਕਦੇ ਮੈਂ ਸੋਲੋ ਗਾਲਾਂ ਜਾਂ ਹਰਜੀਤ ਸਿੱਧੂ ਨੇ ਐਗਰੀਮੈਂਟ ਜੇ ਵਾਲੀ ਗੱਲ ਕਰਕੇ ਤੁਹਾਨੂੰ ਦੱਬ ਲੈਂਦੇ? ਨਹੀਂ, ਐਗਰੀਮੈਂਟ ਦੇ ਨਹੀਂ, ਜਿੱਦੇ ਲੜ ਪਏ ਉਹਦੇ ਕਰ ਵੀ ਦਿਓ ਸਟਾਰ, ਮੈਂ ਪਹਿਲਾਂ ਹੀ ਧਮਕੀ ਦਿੱਤੀ ਹੋਈ ਹੈ। ਅੱਛਾ, ਧਮਕੀ, ਆਹ ਤਾਂ ਹੁਣ ਰਿਕਾਰਡ ਹੋ ਗਿਆ ਹੁਣ। ਮੈਂ ਪਹਿਲਾਂ ਕਹਿ ਦੇਣੀ ਵੀ ਲੜਨਾ ਨਹੀਂ ਮੇਰੇ ਨਾਲ। ਅੱਛਾ, ਹੁਣ ਟ੍ਰੈਂਡ ਚੱਲ ਪਿਆ ਵਾ। ਅੱਛਾ, ਆਹੋ, ਇਹੀ ਗੱਲ ਹੋ ਗਈ ਹੁਣ। ਦੇਖੋ, ਨਹੀਂ ਜਿਵੇਂ ਹੁਣ ਨਾਰੀ ਜਾਗਰੂਕ ਹੋ ਗਈ ਹੁਣ। ਨਹੀਂ, ਕਹਿ ਦਿੰਦੀ ਹੁੰਦੀ ਹੈ ਇਸ ਗੱਲ ਦਾ ਕਦੇ ਕਦੇ ਨਾ, ਅਸੀਂ ਕਦੇ ਕਦੇ ਅਸੀਂ ਬਹੁਤ ਲੜ ਪੈਂਦੇ ਹਾਂ, ਐਵੇਂ ਅਸੀਂ ਕਹੀਏ ਇਸ ਗੱਲ ਦਾ, ਕਦੇ ਕਦੇ ਅਸੀਂ ਬਹੁਤ ਲੜਦੇ ਹਾਂ। ਇਹਨਾਂ ਦਾ ਬ੍ਰਦਰ ਆ ਅਮਰਿੰਦਰ, ਜਾਂ ਇਹਨਾਂ ਦੀ ਮਾਤਾ ਜੀ ਬਹੁਤ ਚੰਗੇ ਆ ਉਹ, ਅਤੇ ਉਹ ਕਹਿੰਦੇ ਹੁੰਦੇ ਆ ਵੀ ਤੁਸੀਂ ਲੜੋ ਚਾਹੇ ਜਿੱਦਾਂ ਮਰਜ਼ੀ ਇਸ ਗੱਲ ਦਾ, ਪਰ ਕੰਮ ਤੁਸੀਂ ਉੱਥੇ ਹੀ ਕਰਨਾ, ਠੀਕ ਨਹੀਂ ਗੱਲ? ਵੀ ਜਦੋਂ ਜਿੱਦਾਂ ਇੱਕ ਬੰਦੇ ਦੇ ਨਾਲ ਹੀ ਰਲ ਕੇ ਕਰਨਾ। ਲੜਾਈ ਕਿਹੜੀ ਗੱਲ ਦੀ ਹੁੰਦੀ ਹੈ ਵੀ ਲੜਾਈ? ਲੜਾਈ ਸਾਡੀ ਕਿਸੇ ਆਪਣੇ ਸੂਟਾਂ ਵਗੈਰਾ ਵਗੈਰਾ ਨਹੀਂ ਹੁੰਦੀ ਹੈ ਨਾ, ਨਾ ਕੋਈ ਪੈਸੇ ਪਿੱਛੋਂ ਦੀ, ਨਾ ਕੋਈ ਪੇਮੈਂਟ ਮੈਂ ਦਿੰਦਾ ਇਹਨਾਂ ਨੂੰ, ਪਤਾ ਹੋਵੇ ਜੋ ਦੇਣੀ ਆਪਾਂ ਪੇਮੈਂਟ ਉਹਨਾਂ ਨੂੰ, ਇਹਨਾਂ ਨੂੰ ਬਿਲਕੁਲ ਉੱਤੇ ਸਟੇਜ ਦੇ ਉੱਤੇ ਪੇਮੈਂਟ ਦੇ ਦੇਈਦੀ ਹੈ ਨਾ। ਕੰਮ ਕਰੀਦਾ, ਰੂਹ ਦਰ ਨਾ ਕਰੀਦਾ, ਸਾਰਾ ਕੁਛ ਬਹੁਤ ਵਧੀਆ ਹੁੰਦਾ ਇਸ ਗੱਲ ਦਾ। ਲੜਾਈ ਹੁੰਦੀ ਆ ਜਦੋਂ ਮੈਂ, ਮੇਰੀ ਸ਼ੁਰੂ ਤੋਂ ਆਦਤ ਆ ਵੀ ਮੈਂ ਕੰਪਰੋਮਾਈਜ਼ ਨਹੀਂ ਗਾਇਕੀ ਦੇ ਵਿੱਚ ਕਰਦਾ, ਨਾ ਮੈਂ ਮਜੀਸ਼ੀਅਨ ਵਗੈਰਾ ਨਾ ਕਰਦਾ। ਮੈਂ ਕਹਿੰਦਾ ਯਾਰ ਤੁਸੀਂ ਪੈਸੇ ਲੈਂਦੇ ਹੋ, ਤੁਸੀਂ ਕੰਮ ਕਰੋ ਪੂਰਾ, ਦੇ ਮਾਰ ਕੇ ਕੰਮ ਕਰੋ, ਅਗਲੇ ਨੂੰ ਪਤਾ ਲੱਗੇ ਇਸ ਗੱਲ ਦਾ। ਆਪਾਂ ਉਹ ਗਾਇਕ ਹਾਂ, ਆਪਣਾ ਸ਼ੁਰੂ ਤੋਂ ਦੇਖੋ ਇਹਨੂੰ 15-16 ਸਾਲ ਹੋ ਗਏ ਆਪਣੇ ਸੰਦੀਪ ਵੀਰ, ਉਹੀ ਮਜੀਸ਼ੀਅਨ ਤੁਰੇ ਆਉਂਦੇ ਆ, ਕੁੜੀਆਂ ਚੇਂਜ ਹੋਈਆਂ, ਮਜੀਸ਼ੀਅਨਾਂ ਨੂੰ ਵੀ ਪਤਾ ਇਸ ਗੱਲ ਦਾ, ਕਿਉਂਕਿ ਬੰਦੇ ਨੂੰ ਕੰਮ ਕਰਕੇ ਦਿਓ, ਠੀਕ ਨਹੀਂ ਗੱਲ? ਜਦੋਂ ਮੈਂ ਇਹਨਾਂ ਨੂੰ ਕਹਿ ਕੇ ਪਤਾ, ਤੂੰ ਨਹੀਂ, ਤੂੰ ਇੱਥੋਂ ਐ ਸੁਰ ਨਹੀਂ ਲਾਈ, ਆਹ ਸੁਰ ਨਹੀਂ ਲਾਈ, ਠੀਕ ਨਹੀਂ ਗੱਲ? ਇਹ ਕਹਿੰਦੀ ਨਹੀਂ ਐਂ ਨਹੀਂ, ਐਂ ਕਰਨਾ ਸੀ, ਉਹ ਐਂ ਵਧੀਆ ਲੱਗਣੀ ਸੀ, ਐਂ ਕਰਨੀ ਸੀ, ਬਸ ਇਹਨਾਂ ਗੱਲਾਂ ਤੋਂ ਹੁੰਦੀ ਆ, ਜਾਣੀ ਗਾਇਕੀ ਪਿੱਛੇ ਲੜਾਈ ਹੁੰਦੀ ਆ, ਸੁਰਾਂ ਦੀ ਲੜਾਈ ਆ, ਸੁਰਾਂ ਦੀ ਲੜਾਈ ਆ ਸਾਡੀ, ਸੁਰਾਂ ਦੀ, ਜਿਵੇਂ ਇਹ ਕਿਸੇ 'ਚ ਹੁੰਦੀ ਨਹੀਂ ਹੋਣੀ। ਹਾਂ, ਇਹ ਵੀ ਗੱਲ ਨਾਲ ਹੈ ਨਾ, ਬਿਲਕੁਲ। ਅੱਜ ਕੱਲ੍ਹ ਸੁਰ ਹੈ ਕਿਹਦੇ ਕੋਲ? ਜਿਹਦੇ ਕੋਲ ਸੋਹਰਾ ਉਹਦੇ ਕੋਲ ਬਾਜਾ ਹੈ ਨੀ, ਜਿਹਦੇ ਕੋਲ ਬਾਜਾ ਉਹਦੇ ਕੋਲ ਸੁਰ ਹੈ ਨੀ। ਜ਼ਮਾਨਾ ਤਾਂ ਬਹੁਗਿਆਂ ਦਾ। ਨਹੀਂ, ਆਹ ਵੀ ਗੱਲ ਸਹੀ ਹੈ, ਪਰ ਜਦੋਂ ਸੁਰਾਂ ਦੀ ਲੜਾਈ ਹੁੰਦੀ ਹੈ ਕਿ ਯਾਰੀ ਵੇਖਣ ਵਾਲੇ ਨਹੀਂ ਕਹਿੰਦੇ ਵੀ ਯਾਰ ਜੇ ਤੁਸੀਂ ਕੋਈ ਨਹੀਂ 5 ਮਿੰਟ ਖਾੜਾ ਖੂੜਾ ਰੋਕ ਲਓ? ਨਹੀਂ, ਉਹ ਉਦੋਂ ਅਸੀਂ ਕਰਦੇ ਹੀ ਨਹੀਂ। ਅੱਛਾ, ਉਹ ਪਤਾ ਅਸੀਂ ਕਰਦੇ ਬਾਅਦ ਦੇ ਵਿੱਚ ਆ। ਅੱਛਾ, ਹਾਂ, ਜਦੋਂ ਪ੍ਰੋਗਰਾਮ ਖਤਮ ਹੋ ਜਾਂਦਾ ਫਿਰ ਮੈਂ ਇਹਨੂੰ ਦੱਸਣ ਲੱਗਦਾ ਵੀ ਉੱਥੇ ਤੂੰ ਗਲਤ ਸੀਗੀ, ਤੂੰ ਐਂ ਕਰਨਾ ਸੀ, ਤੈਨੂੰ ਮੈਂ ਐਂ ਸਮਝਾਇਆ ਸੀ, ਤੇ ਇਹ ਕਹਿੰਦੀ ਆ ਵੀ ਤੂੰ ਮੈਨੂੰ ਥੋੜਾ ਜਿਹਾ ਟਾਈਮ 2 ਘੰਟੇ ਠਹਿਰ ਕੇ ਦੱਸਿਆ ਕਰ, ਤੂੰ ਤਾਂ ਉਤਰਨ ਸਾਰ। ਮੈਂ ਇਹੀ ਕਹਿੰਦੀ ਹਾਂ, ਸਹੀ ਗੱਲ। ਹਾਂ, ਵੀ ਤੂੰ ਤਾਂ ਉਤਰਨ ਸਾਰ ਮੇਰੇ ਗਲ ਪੈ ਜਾਂਦਾ ਵੀ ਬੰਦੇ ਦਾ ਮੂਡ ਹੋ ਜਾ ਹੁੰਦਾ। ਹਾਂ, ਸਹੀ ਗੱਲ। ਹਾਂਜੀ, ਹਾਂ, ਤੇ ਤੁਸੀਂ ਪਰ ਤੁਹਾਨੂੰ ਐਂ ਹੁੰਦਾ ਵੀ ਚਲੋ ਪ੍ਰੋਗਰਾਮ ਵਧੀਆ ਹੋਵੇ? ਨਹੀਂ, ਮੈਨੂੰ ਇਦਾਂ ਹੁੰਦਾ ਵੀ ਥੋੜਾ ਤਰੀਕੇ ਨਾਲ ਸਮਝਾ ਦਿਆ ਕਰੋ, ਹਨਾ? ਅੱਛਾ, ਇਹ ਭੱਜ ਕੇ ਪੈਂਦੇ ਨਾਲ? ਨਹੀਂ, ਬੋਲੀ ਥੋਡੀ ਬੋਲੀ। ਮੈਂ ਕਿਹਾ ਮੈਂ ਕੀ ਬੋਲਦਾ, ਮਾੜਾ ਤਾਂ ਨੀ ਬੋਲਦਾ, ਮੈਂ ਜੇ ਕੁਛ ਸਮਝਾਉਣਾ ਇਸ ਗੱਲ ਦਾ ਤਾਂ ਮੈਂ ਹੁਣ ਬੋਲੀ ਇਹ ਜੀ ਆ ਜੀ, ਹੁਣ ਬੋਲੀ ਗਲਾ ਬੇਸ ਉਹ ਬਣਿਆ ਹੋਇਆ, ਬੰਦੇ ਨੂੰ ਤਾਂ ਲੱਗਦਾ ਵੀ ਬੰਦਾ ਪਤਾ ਨੀ ਭੱਜ ਕੇ ਪੈਂਦਾ, ਵੀ ਭੱਜ ਕੇ ਪੈਂਦਾ ਜਾਂ ਬੰਦਾ ਗੁੱਸੇ 'ਚ ਬੋਲਦਾ ਭਾਜੀ, ਉਹ ਬਣਿਆ ਹੋਇਆ ਬੇਸ ਜਿਹਾ ਬਣਿਆ ਹੋਇਆ, ਬੇਸ ਜਿਹਾ ਬਣਿਆ ਹੋਇਆ ਉਹ ਹਨਾ। ਮੈਂ ਕਹਿੰਦੇ ਉਹ ਕਹਿੰਦੇ ਨੇ ਮਾਰ ਮਾਰ ਕੇ ਰਿੰਗਾ ਨਾ ਕਰ ਤੰਗ ਕਰੇ, ਇਹ ਕਿਹੜਾ ਕਰਦੇ ਨਾ ਤੁਸੀਂ ਕਹਿੰਦੇ? ਨਹੀਂ 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 ਨਹੀਂ, ਉਹ ਤਾਂ ਗਾਣਾ ਸੇਮਾ ਭਾਈ ਦਾ ਗਾਣਾ ਬਹੁਤ ਸਰੋਤੇ ਨੇ ਪਿਆਰ। ਅੱਛਾ, ਸੇਮਾ ਬਾਈ ਹੁਣਾਂ ਦੀ ਗੱਲ ਵੀ ਮੈਂ ਜ਼ਿਕਰ ਇੱਥੇ ਖਾਸ ਤੌਰ ਤੇ ਕਰਦਾ, ਮੈਨੂੰ ਉਹ ਕਈ ਨਾ ਲੋਕ ਕਹਿ ਦਿੰਦੇ ਵੀ ਗੀਤਕਾਰ ਦਾ ਤੁਸੀਂ ਜ਼ਿਕਰ ਨਹੀਂ ਕਰਦੇ, ਅੱਜ ਦੀ ਤੁਹਾਨੂੰ ਘਟਨਾ ਦੱਸ ਦੇਣਾ। ਅੱਜ ਮੈਂ ਜਦੋਂ ਆਈ ਜਾਂਦਾ ਸੀ
ਤੇ ਉੱਥੇ ਸੁਖਪਾਲ ਸੁੱਖ ਜੀ ਮਿਊਜ਼ਿਕ ਡਾਇਰੈਕਟਰ ਤੇ ਜੋਯਾਤਲ ਭਾਜੀ ਮਿਲ ਗਏ ਤੇ ਮੈਂ ਉਹਨਾਂ ਨੂੰ ਗੱਲ ਕਰ ਲਿਆ, ਮੈਂ ਕਿਹਾ ਯਾਰ ਭਾਜੀ ਮੈਂ ਤੁਹਾਡੇ ਜਿੰਨੇ ਕੁ ਪੁਰਾਣੇ ਗਾਣੇ ਸੁਣੇ ਨਾ ਉਹ ਡੱਬੀ ਤੇ ਗਾਇਕ ਦੀ ਫੋਟੋ ਵੀ ਆ, ਗੀਤਕਾਰ ਦੀ ਵੀ ਆ, ਸੰਗੀਤਕਾਰ ਦੀ ਵੀ ਨੀ। ਉਹ ਕਹਿੰਦੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡੀ ਭਾਵਾਂ ਨਾ ਹੋਵੇ ਗੀਤਕਾਰ ਦੀ ਹੋਣੀ ਚਾਹੀਦੀ ਆ। ਹਾਂਜੀ ਹਾਂਜੀ ਹਾਂ ਬਿਲਕੁਲ, ਵੀ ਗਾਇਕ ਦਾ ਤਾਂ ਨਾਮ ਬਣ ਗਿਆ ਕਿਉਂਕਿ ਸਭ ਤੋਂ ਪਹਿਲਾਂ ਗੀਤਕਾਰ ਆ। ਤਾਂ ਸੀਮਾ ਭਾਜੀ ਦੀ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਰੋਲ ਸੀਗਾ ਜਾਂ ਕਿਹੜੀਆਂ ਸਲਾਹਾਂ ਕਰਦੇ ਹੁੰਦੇ ਸੀ, ਕਿਉਂਕਿ ਹਰ ਵਾਰੀ ਤੁਹਾਡੀ ਐਲਬਮ ਦੇ ਵਿੱਚ ਉਹਨਾਂ ਦੇ ਗੀਤ ਹੋਣੇ ਤਾਂ ਕਿਉਂਕਿ ਜ਼ਮਾਨਾ ਬਦਲਦਾ ਤਾਂ ਫਿਰ ਕਈ ਵਾਰੀ ਮਨ ਵੀ ਫਿੱਕਾ ਪੈ ਜਾਂਦਾ। ਬਿਲਕੁਲ, ਉਹਨਾਂ ਦਾ ਜਿਹੜਾ ਦਿੱਤਾ ਦੇਣ ਆ ਨਾ ਉਹ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ। ਉਹ ਬੰਦੇ ਬੜੇ ਬਹੁਤ ਨਹੀਂ ਬਹੁਤ ਨਾਈਸ ਪਰਸਨ ਸੀ ਉਹ ਦੁਨੀਆਂ ਦੇ ਵਿੱਚ, ਹੁਣ